ਅੱਜ ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਰਹੇ ਹਨ ਅਰਵਿੰਦਰ ਕੰਗ ਜਿਹੜੇ ਕਿ ਟੈਕਨੋਲੋਜੀਸਟ ਨੇ ਤੇ ਇਹ ਸਾਰੇ ਸੋਸ਼ਲ ਮੀਡੀਆ ਟ੍ਰੈਂਡਸ ਨੂੰ ਡਾਟਾ ਹਾਰਵੈਸਟਿੰਗ ਨੂੰ ਡਾਟਾ ਨੂੰ ਕਿਵੇਂ ਹਾਸਲ ਕਰਕੇ ਬਰਾਮਦ ਕਰਕੇ ਕਿਵੇਂ ਉਹਨੂੰ ਫਿਰ ਇਸਤੇਮਾਲ ਕੀਤਾ ਜਾਂਦਾ ਤੇ ਉਹਨਾਂ ਦੇ ਪ੍ਰਤੀ ਕਿਹੜੀਆਂ ਚੀਜ਼ਾਂ ਤੋਂ آگਾਹ ਰਹਿਣ ਦੀ ਜ਼ਰੂਰਤ ਹੈ ਇਹਨਾਂ ਬਾਰੇ ਸਮੇਂ-ਸਮੇਂ 'ਤੇ ਉਹ ਗੱਲਬਾਤਾਂ ਜੀ ਕਰਦੇ ਰਹਿੰਦੇ ਨੇ ਅੱਜ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਸ਼ਾਮਲ ਹੋ ਰਹੇ ਨੇ ਅਰਵਿੰਦਰ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਥੈਂਕਸ ਫॉर ਹੈਵਿੰਗ ਮੀ ਔਨ ਦਾ ਸ਼ੋਅ ਅੱਛਾ ਹੁਣ ਅੱਜ ਫੇਸਬੁਕ 17 ਸਾਲਾਂ ਦੀ ਹੋ ਗਈ ਆ ਪਰ ਇਹਨਾਂ 17 ਸਾਲਾਂ ਦੇ ਵਿੱਚ ਜਦੋਂ ਜਦੋਂ ਸ਼ੁਰੂਆਤ ਹੋਈ ਫੇਸਬੁਕ ਦੀ ਉਦੋਂ ਮੇਨ ਮਕਸਦ ਇਹ ਸੀ ਚਲੋ ਤਸਵੀਰਾਂ ਸ਼ੇਅਰ ਕਰ ਲੀਆ ਤੇ ਹੋਰ ਕੁਝ ਆਪਣੇ ਚੁਟਕਲੇ ਵਗੈਰਾ ਤੇ ਹੋਰ ਪੋਸਟ ਸ਼ੇਅਰ ਕੀਤੀਆਂ ਪਰ ਬਹੁਤ ਛੇਤੀ ਫੇਸਬੁਕ ਮਾਧਿਅਮ ਬਣ ਗਿਆ ਜਿਹਦੇ ਰਾਹੀਂ ਜਾਣਕਾਰੀ ਖਬਰਾਂ ਨਿਊਜ਼ ਹੋਰ ਆਪਣੇ ਜਿਹੜੇ ਮਨ ਦੇ ਵਲਵਲੇ ਸੀ ਉਹ ਲੋਕਾਂ ਨੇ ਸ਼ੇਅਰ ਕਰਨੇ ਸ਼ੁਰੂ ਕੀਤੇ ਹੁਣ ਇਹਦੇ ਬਾਰੇ ਆਪਾਂ ਨਾ ਕਈ ਵੱਖ-ਵੱਖਰੀਆਂ ਪਰਤਾਂ ਫਰੋਲਣ ਦੀ ਕੋਸ਼ਿਸ਼ ਕਰਾਂਗੇ ਅੱਜ ਦੀ ਡਿਸਕਸ਼ਨ ਦੇ ਵਿੱਚ ਕਿ ਨੇ ਡੈਮੋਕ੍ਰੇਸੀ ਨੂੰ ਸੋਸਾਇਟੀ ਨੂੰ ਕਿਵੇਂ ਇੰਪੈਕਟ ਕੀਤਾ ਤੇ ਸਭ ਤੋਂ ਪਹਿਲਾਂ ਗੱਲ ਇਹ ਕਰੀਏ ਵੀ ਇੱਕ ਤੇ ਨੈਰੇਟਿਵ ਬਿਲਡਿੰਗ ਹੁੰਦਾ ਤੇ ਦੂਜੀ ਗੱਲ ਨਾ ਕੰਟੈਕਸਟ ਬਿਲਡਿੰਗ ਹੈ ਨਾ ਕਈ ਵਾਰੀ ਕਿਸੇ ਚੀਜ਼ ਨੂੰ ਲੈ ਕੇ ਹੁਣ ਅੱਜਕੱਲ ਪ੍ਰੋਪੋਗੈਂਡਾ ਸ਼ਬਦ ਬੜਾ ਚੱਲ ਰਿਹਾ ਹੁਣ ਉਹਦੇ ਵਿੱਚ ਵੀ ਸੋਸ਼ਲ ਮੀਡੀਆ ਤੇ ਫੇਸਬੁੱਕ ਨੇ ਕਿਵੇਂ ਭੂਮਿਕਾ ਨਿਭਾਈ ਨੈਰੇਟਿਵ ਬਿਲਡਿੰਗ ਵਰਸਸ ਕੰਟੈਕਸਟ ਬਿਲਡਿੰਗ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜੀ ਅਮ ਅਭੀ ਜੇ ਬਹੁਤ ਸੋਹਣਾ ਕੁਐਸਚਨ ਹੈਗਾ ਆ ਆਈ ਥਿੰਕ ਜੇ ਅਸੀਂ ਫੇਸਬੁਕ ਦੀ ਡਿਸਕਸ਼ਨ ਕਰੀਏ ਤਾਂ ਆਪਾਂ ਸਭ ਤੋਂ ਪਹਿਲੀ ਡਿਸਕਸ਼ਨ ਤਾਂ ਇਸ ਗੱਲ ਦੇ ਦੌਰੇ ਹੋ ਜੂਗੀ ਕਿ ਫੇਸਬੁਕ ਤੋਂ ਪਹਿਲਾਂ ਇੰਟਰਨੈਟ ਦੀ ਜਿਹੜੀ ਕਾਢ ਸੀਗੀ ਉਹਦਾ ਮਕਸਦ ਆਲਮੋਸਟ ਸਿਮਿਲਰ ਹੀ ਸੀਗਾ ਜਦੋਂ ਟਿਮ ਬਰਨਰਲੀ ਨੇ ਐਚਟੀਟੀਪੀ ਪ੍ਰੋਟੋਕੋਲ ਯਾ ਐਚਟੀਐਮਐਲ ਆ ਜਿਹੜੀ ਹੈਗੀ ਆ ਉਹਦੀ ਉਹਦਾ ਇਜਾਦ ਕੀਤਾ ਤਾਂ ਉਹਦਾ ਇਜਾਦ ਦਾ ਮੀਨਿੰਗ ਇਹ ਸੀ ਕਿਤੇ ਵੀ ਕੰਪਿਊਟਰਸ ਪਏ ਹੋਣ ਤਾਂ ਜਿਹੜੀ ਇਨਫੋਰਮੇਸ਼ਨ ਹੋਵੇ ਉਹ ਆਜ਼ਾਦ ਹੋਵੇ ਉਹ ਇਨਫੋਰਮੇਸ਼ਨ ਜਿਹੜੀ ਉਹ ਸ਼ੇਅਰ ਕੀਤੀ ਜਾ ਸਕੇ ਪਰ ਉਹ ਸਭ ਦੇ ਲਈ ਜਿੱਦਾਂ ਤੁਹਾਨੂੰ ਪ੍ਰੋਗ ਉਹ ਪ੍ਰੋਗਰਾਮਿੰਗ ਆਉਣੀ ਚਾਹੀਦੀ ਸੀ ਸਿੰਪਲ ਮਾਰਕਅਪ ਹੋਣਾ ਚਾਹੀਦਾ ਸੀਗਾ ਜਦੋਂ ਸੋਸ਼ਲ ਮੀਡੀਆ ਵੈਬਸਾਈਟਸ ਚੱਲੀਆਂ ਜਿੱਤੋਂ ਪਹਿਲਾਂ ਫਰੈਂਡਸਟਰ ਸੀਗੀ ਔਰ ਕੁਡ ਸੀਗਾ ਫੇਸਬੁੱਕ ਜਿਹੜੀ ਸੀ ਉਹ ਕਿਉਂਕਿ ਹਾਰਵਰਡ ਦੇ ਵਿੱਚ ਨਿਕਲੀ ਸੀਗੀ ਅ ਐਂਡ ਰੇਟਿੰਗ ਵੈਬਸਾਈਟ ਨਿਕਲੀ ਸੀਗੀ ਜਿਹਦੇ ਵਿੱਚ ਇੱਕ ਦੂਜੇ ਸਟੂਡੈਂਟਸ ਨੂੰ ਰੇਟ ਕੀਤਾ ਜਾਂਦਾ ਸੀਗਾ ਐਂਡ ਇਟ ਸਰਟਨਲੀ ਕਾਟ ਔਨ ਦਾ ਸੈਸ ਆਫ ਐਕਸਕਲੂਸਿਵਿਟੀ ਜਿਹੜੀ ਸੀਗੀ ਕਿ ਪਹਿਲਾਂ ਮੈਨੂੰ ਛੇਪਾ ਹੈਗੇ ਜਦੋਂ ਕਿ ਨਿਕਲੀ ਸੀਗੀ ਪਹਿਲਾਂ ਹਾਰਵਰਡ ਚ ਨਿਕਲੀ ਫਿਰ ਸਟੈਂਫੋਰਡ ਫਿਰ ਹੋਰ ਹੌਲੀ ਹੌਲੀ ਜਦੋਂ ਯੂਐਸ ਯੂਨੀਵਰਸ ਉਹ ਇੱਕ ਸોર્ટ ਆਫ ਐਕਸਕਲੂਸਿਵਿਟੀ ਕਲੱਬ ਸਿਗੀ ਹੂੰ ਆ ਸਿਮਿਲਰ ਕਾਈਂਡ ਆਫ ਸਿਨੈਰੀਓ ਜਿੱਦਾਂ ਜੇ ਹੁਣ ਲੇਟੈਸਟ ਵੇਖਣਾ ਹੋਵੇ ਤਾਂ ਕਲੱਬ ਹਾਊਸ ਕਰਕੇ ਇੱਕ ਵੈਬਸਾਈਟ ਹੈਗੀ ਹੈ ਵਿਚ ਇਜ਼ ਡੂਇੰਗ ਸਮਥਿੰਗ ਵੈਰੀ ਸਿਮਿਲਰ ਇਟਸ ਅ ਨੈਕਸਟ ਜਨਰੇਸ਼ਨ ਆਫ ਆਫ ਸੋਸ਼ਲ ਮੀਡੀਆ ਨੈਟਵਰਕਸ ਜੀ ਤੇ ਬਟ ਇਹ ਤੁਸੀਂ ਚੱਕਰ ਇਹ ਹੋਇਆ ਕਿ ਜਿਹੜੀ ਕੰਟੈਂਟ ਹੈਗਾ ਆ ਕੰਟੈਂਟ ਦੀ ਅਵੇਲੇਬਿਲਿਟੀ ਆਫ ਫੇਸਬੁੱਕ ਨੇ ਬਹੁਤ ਈਜ਼ੀ ਕਰਤੀ ਬਿਕਾਜ਼ ਇਟ ਗੇਵ एवरीवन ਅ ਮਾਈਕ੍ਰੋਫੋਨ ਹਰੇਕ ਨੂੰ ਇੱਕ ਮਾਈਕ੍ਰੋਫੋਨ ਮਿਲ ਗਿਆ ਆਪਣੇ ਲਈ ਆ ਤੇ ਉਹਦੇ ਨਾਲ ਕਈ ਚੀਜ਼ਾਂ ਡਿਸਰਪਟ ਹੋਈਆਂ ਹੂੰ ਜਿਵੇਂ ਅ ਜੇ ਤੁਸੀਂ ਕਹੋ ਕਿ ਅੱਜ ਤੋਂ ਪਹਿਲਾਂ ਜਿਹੜਾ ਵੀ ਮਾਈਕ੍ਰੋਫੋਨ ਹੁੰਦਾ ਸੀਗਾ ਉਹ ਆਮ ਤੌਰ ਤੇ ਕਿੰਨਾਂ ਕੋਲ ਹੁੰਦਾ ਸੀ ਜਾਂ ਕਿਸੇ ਨਾ ਕਿਸੇ ਤਰ੍ਹਾਂ ਦੇ ਕਮਿਊਨਿਟੀ ਜਾਂ ਪੋਲਿਟਿਕਲ ਲੀਡਰਸ ਕੋਲੇ ਹੁੰਦਾ ਸੀਗਾ ਜਾਂ ਉਹ ਮਾਈਕ੍ਰੋਫੋਨ ਜਿਹੜੇ ਟ੍ਰੇਨਡ ਜਰਨਲਿਸਟ ਹੁੰਦੇ ਸੀਗੇ ਅ ਜਿਨ੍ਹਾਂ ਨੇ ਸਟੱਡੀ ਕੀਤੀ ਹੋਈ ਆ ਸਮ ਸੌਰਟ ਆਫ ਯੂ ਨੋ ਏਥੀਕਲ ਸਿਸਟਮਸ ਹੈਗੇ ਨੇ ਉਹਨਾਂ ਕੋਲੇ ਹੁੰਦਾ ਸੀਗਾ ਪਰ ਜਿਹੜਾ ਫੇਸਬੁੱਕ ਤੇ ਉਸੇ ਟਾਈਮ ਤੇ YouTube ਵੀ ਖੈਲੋ ਇਹਨਾਂ ਨੇ ਜਿਹੜੀ ਵੌਇਸ ਸੀਗੀ ਉਹ ਡੈਮੋਕਰਟਾਈਜ਼ ਕਰਤੀ ਸੋ ਡੈਮੋਕਰਟਾਈਜ਼ ਜਦੋਂ ਕੀਤੀ ਉਹਦੇ ਨਾਲ ਪੋਜ਼ਿਟਿਵ ਵੀ ਆਇਆ ਤੇ ਨੈਗੇਟਿਵ ਵੀ ਆਇ ਹਰੇਕ ਕੋਲੇ ਮਾਈਕ੍ਰੋਫੋਨ ਆ ਗਿਆ ਇਹਦਾ ਮਤਲਬ ਇਹ ਹੋ ਗਿਆ ਕਿ ਕਈ ਬੜੀਆਂ ਵਕਰੀਆਂ ਡਾਇਵਰਸ ਤਰੀਕੇ ਦੀਆਂ ਵੌਇਸਿਸ ਜਿਹੜੀਆਂ ਇਸ ਨਿਕਲ ਕੇ ਆਈਆਂ ਪਰ ਨਾਲ ਦੇ ਨਾਲ ਇਹ ਵੀ ਹੋ ਗਿਆ ਕਿ ਇਹਦੇ ਨਾਲ ਇੱਕ ਆਪਰਚੂਨਿਟੀ ਵੀ ਦੇਖੀ ਪੋਲਿਟੀਕਲ ਆਪਰਚੂਨਿਟੀ ਵੀ ਲੋਕਾਂ ਨੇ ਦੇਖੀ ਰੋਗ ਐਲੀਮੈਂਟਸ ਜਿਹੜੇ ਸੀਗੇ ਉਹਨਾਂ ਨੂੰ ਵੀ ਦੇਖੀ ਸੋ ਕਮਿੰਗ ਬੈਕ ਟੂ ਦ ਕੁਐਸਚਨ ਦੈਟ ਯੂ ਆਰ ਸੇਇੰਗ ਕੰਟੈਂਟ ਬਿਲਡਿੰਗ ਤੇ ਕੰਟੈਕਸਟ ਬਿਲਡਿੰਗ ਦੇ ਵਿੱਚ ਕੰਟੈਂਟ ਬਿਲਡਿੰਗ ਦਾ ਮੀਨਿੰਗ ਹੈਗਾ ਕਿ ਵੈਨ ਯੂ ਆਰ ਟਰਾਈਂਗ ਟੂ ਕ੍ਰੀਏਟ ਅ ਸਰਟਨ ਕੰਟੈਂਟ ਬਟ ਕੰਟੈਂਟ ਆਪਣੇ ਆਪ ਦੇ ਵਿੱਚ ਕਿਤੇ ਵੀ ਖੜਾ ਨਹੀਂ ਹੁੰਦਾ ਉਹਦੇ ਅਰਾਊਂਡ ਜਿਹੜਾ ਕੰਟੈਕਸਟ ਹੈਗਾ ਆ ਉਹ ਕਿਸ ਕੰਟੈਕਸਟ ਵਿੱਚ ਉਹ ਕਨਵਰਸੇਸ਼ਨ ਕੀਤੀ ਜਾ ਰਹੀ ਆ ਉਹ ਵੀ ਬੜੀ ਇੰਪੋਰਟੈਂਟ ਆ ਸੋ ਆਈ ਥਿੰਕ ਵਿਦਨ ਫੇਸਬੁੱਕ देयर ਆਰ ਇਸ਼ੂਜ਼ ਜਿਹੜੇ ਸਟਿਲ ਹਾਲੇ ਉਹ ਰਿਜ਼ੋਲਵ ਨਹੀਂ ਹੋਏ ਜਦੋਂ ਤੁਸੀਂ ਲੌਂਗ ਫਾਰਮ ਜਰਨਲਿਜ਼ਮ ਵੇਖੋਗੇ ਉਹਦੇ ਵਿੱਚ ਪਹਿਲਾਂ ਕੰਟੈਕਸਟ ਬਿਲਡ ਕੀਤਾ ਜਾਂਦਾ ਸੀ ਦੈਨ ਐਨ ਆਈਡੀਆ ਇਜ਼ ਪੁਟ ਫਾਰਵਰਡ ਐਂਡ ਆਹ ਚੀਜ਼ਾਂ ਜਿਹੜੀਆਂ ਕਈ ਵਾਰੀ ਫੇਸਬੁਕ ਯਾ ਸੋਸ਼ਲ ਮੀਡੀਆ ਨੈਟਵਰਕਸ ਦੇ ਵਿੱਚ ਲੈਕਿੰਗ ਆ ਕਿਉਂਕਿ ਇੱਕ ਬਿਲਕੁਲ ਰੀਐਕਟਿਵ ਕੰਟੈਂਟ ਜਿਹੜਾ ਅਵੇਲੇਬਲ ਹੁੰਦਾ ਇਹ ਗੱਲ ਤੁਹਾਡੀ ਬਿਲਕੁਲ ਸਹੀ ਹੈ ਰੀਐਕਟਿਵ ਕੰਟੈਂਟ ਕਰਕੇ ਹੁਣ ਕਈ ਵਾਰੀ ਉਹ ਕੰਟੈਂਟ ਨੂੰ ਪ੍ਰੋਸੈਸ ਕਰਕੇ ਤੇ ਉਹਦੇ ਸਾਰੇ ਪਹਿਲੂ ਉਹਨਾਂ ਬਾਰੇ ਸੋਚਣ ਦਾ ਸਮਾਂ ਹੀ ਨਹੀਂ ਮਿਲਦਾ ਕਿਉਂਕਿ ਉਹ ਇੰਨੀ ਰਫਤਾਰ ਤੇ ਉਹ ਹੋੜ ਲੱਗ ਗਈ ਕਿ ਹਰ ਕਿਸੇ ਨੂੰ ਲੱਗਦਾ ਕਿ ਪਹਿਲਾਂ ਸਭ ਤੋਂ ਪਹਿਲਾਂ ਮੈਂ ਹੀ ਇਹਨੂੰ ਸ਼ੇਅਰ ਕਰ ਦਵਾ ਜਾਂ ਮੈਂ ਪੋਸਟ ਕਰ ਦਵਾ ਬੀਇੰਗ ਦਾ ਫਰਸਟ ਵਨ ਟੂ ਪੋਸਟ ਉਹਨੇ ਕਾਫੀ ਫੇਸਬੁਕ ਨੇ ਉਹ ਕਲਚਰ ਨੂੰ ਬੜਾ ਪ੍ਰਮੋਟ ਕੀਤਾ ਅੱਛਾ ਇੱਕ ਮ ਜੇ ਆਪਾਂ ਡੈਮੋਕ੍ਰੇਸੀ ਦੀ ਗੱਲ ਕਰਦੇ ਆਂ ਤੇ ਡੈਮੋਕ੍ਰੈਟਿਕ ਢਾਂਚੇ ਨੂੰ ਡੈਮੋਕ੍ਰੈਟਿਕ ਸੈਟਅਪ ਨੂੰ ਫੇਸਬੁੱਕ ਵਰਗੀਆਂ ਵੈਬਸਾਈਟਸ ਨੇ ਸਟਰੋਂਗ ਕੀਤਾ ਕਿ ਵੀਕ ਕੀਤਾ ਜੀ ਆਈ ਥਿੰਕ ਦੈਟਸ ਅ ਵੈਰੀ ਗੁੱਡ ਕੁਐਸਚਨ ਅਮ ਇਟਸ ਚਿਕਨ ਐਂਡ ਐਗ ਪ੍ਰੋਬਲਮ ਹੈ ਮੱਲੇ ਵੇਦਾ ਕੋਈ ਪਰ ਆਈਲ ਜਸਟ ਯੂ ਨੋ ਇਨ ਮਾਈ ਆਪੀਨੀਅਨ ਅਮ ਆਈ ਥਿੰਕ ਓਵਰਆਲ ਜਿਹੜੀਆਂ ਡੈਮੋਕਰੇਟਿਕ ਡੈਮੋਕਰੈਟਿਕ ਸਿਸਟਮਸ ਹੈਗੇ ਨੇ ਉਹਨਾਂ ਨੂੰ ਆ ਸੋਸ਼ਲ ਮੀਡੀਆ ਨੇ ਸਟਰੋਂਗ ਹੀ ਕੀਤਾ ਹੈ ਹੈਨਾ ਆ ਮੈਨੂੰ ਲੱਗਦਾ ਕਿ ਜਿਹੜਾ ਕਿਸੇ ਵੀ ਫਾਰਮ ਆਫ ਮੀਡੀਆ ਹੈਗਾ ਹੈ ਮੀਡੀਆ ਦਾ ਹਿਸਟਰੀ ਦੋਵੇਂ ਆ ਉਹ ਸોર્ટ ਆਫ ਪ੍ਰੋਪਾਗੈਂਡਾ ਹੁੰਦਾ ਹੈ ਹੈਨਾ ਮਤਲਬ ਵਿਦਨ ਅ ਕੰਟੈਕਸਟ ਆ ਤੁਸੀਂ ਵੇਖੋ ਕਿ ਹਰੇਕ ਦੇਸ਼ ਦੀ ਆਪਣੀ ਇੱਕ ਰੈਗੂਲੇਟਰੀ ਬਾਡੀ ਹੁੰਦੀ ਆ ਜਿਹੜੀ ਇਨਸ਼ੋਰ ਕਰਦੀ ਆ ਕਿ ਜਿਹੜੀਆਂ ਉਹਦੀ ਗਵਰਨਮੈਂਟਲ ਕੰਟੈਕਸਟ ਆ ਉਸ ਤੋਂ ਬਾਹਰ ਕਨਵਰਸੇਸ਼ਨ ਨਾ ਜਾਵੇ ਹੈਨਾ ਅ ਇਸੇ ਤਰ੍ਹਾਂ ਤੁਸੀਂ ਇਹ ਵੀ ਕਹਿ ਸਕਦੇ ਆ ਕਿ ਜਦੋਂ ਜਦੋਂ ਤੁਸੀਂ ਪਿੱਛੇ মিডিਆ ਨੂੰ ਦੇਖਦੇ ਆ মিডিਆ ਯੂਸੂਅਲੀ ਜਿੰਨਾ ਕੋਲੇ ਪਾਵਰ ਰਹੀ ਆ ਉਹਨਾਂ ਦੇ ਹੱਥ ਵਿੱਚ ਰਿਹਾ ਆ ਹਨਾ ਮੀਡੀਆ ਆਪਣੇ ਆਪ ਤੇ ਨਿਊਜ਼ ਇੱਕ ਆਪਣੇ ਆਪ ਦੇ ਵਿੱਚ ਬਿਜ਼ਨਸ ਵੀ ਰਿਹਾ ਆ ਕਿਉਂਕਿ ਐਡਵਰਟਾਈਜ਼ਰਸ ਤੇ ਬਹੁਤ ਜ਼ਿਆਦਾ ਡਿਪੈਂਡੈਂਟ ਆ ਸੋ ਪਰ ਨਾਲ ਜਿਹੜੀ ਡੈਮੋਕ੍ਰੇਸੀ ਹੈਗੀ ਆ ਡੈਮੋਕ੍ਰੇਸੀ ਦਾ ਇੱਕ ਬੜਾ ਸਟਰੋਂਗ ਕੰਪੋਨੈਂਟ মিডিਆ ਆ ਉਹਦਾ ਚੌਥਾ ਥੰਮ ਵੀ ਕਿਹਾ ਜਾਂਦਾ ਬਿਕਾਜ਼ ਇਟ ਪ੍ਰੋਵਾਈਡਸ ਅ ਸਾਰਟ ਆਫ ਜਿਹਨੂੰ ਤੁਸੀਂ ਕਹਿ ਸਕਦੇ ਆ ਕਿ ਇੱਕ ਚੈੱਕ ਪ੍ਰੋਵਾਈਡ ਕਰਦਾ ਆ ਜਦੋਂ ਇੰਸਟੀਟਿਊਸ਼ਨਸ ਕ腐ਟ ਹੋਣ ਲੱਗਣ ਜਦੋਂ ਇੰਸਟੀਟਿਊਸ਼ਨਸ ਆਪਣੀ ਪਾਵਰ ਤੋਂ ਬਾਹਰ ਐਕਟ ਕਰਨ ਲੱਗਣ ਤਾਂ ਮੀਡੀਆ ਇੱਕ ਜਨਤਾ ਦੀ ਆਵਾਜ਼ ਬਣਦਾ ਆ ਹੈਨਾ ਅ ਪਰ ਚੱਕਰ ਇਹ ਹੁੰਦਾ ਕਿ ਮਤਲਬ ਇਹ ਜਿਹੜੀ ਡੈਮੋਕ੍ਰੇਸੀ ਦੀ ਡੈਫੀਨੇਸ਼ਨ ਆ ਪੂਰੇ 올 ਅਕ੍ਰੋਸ ਦਾ ਵਰਲਡ ਸਿਮਿਲਰ ਨਹੀਂ ਹੈਗੀ ਹੈਨਾ ਮਤਲਬ ਤੁਸੀਂ ਦੇਖ ਸਕਦੇ ਆ ਕਿ ਕਈ ਜਗ੍ਹਾ ਦੇ ਉੱਤੇ ਅਥਾਰਟੀਰੀਅਨ ਰਜਾਈਮਸ ਨੇ ਕਈ ਜਗ੍ਹਾ ਦੇ ਉੱਤੇ ਯੂ ਨੋ ਸਿਸਟਮਸ ਅਲੱਗ-ਅਲੱਗ ਨੇ ਪਰ ਨਾਲ ਦੀ ਨਾਲ ਇਹ ਜਿਹੜੀ ਇੱਕ ਦੋ ਚੀਜ਼ਾਂ ਪੈਰਲਲ ਦੇ ਵਿੱਚ ਹੋਈਆਂ ਇੱਕ ਤਾਂ ਲੋਕਾਂ ਦੀ ਮੂਵਮੈਂਟ ਦੇ ਨਾਲ ਦੁਨੀਆ ਇੱਕ ਗਲੋਬਲ ਪਿੰਡ ਬਣਨੀ ਸ਼ੁਰੂ ਹੋਈ ਹਨ ਜੇ ਗਲੋਬਲ ਪਿੰਡ ਬਣਦੇ ਨਾਲ ਇਹ ਹੋਇਆ ਕਿ ਆਈਡੀਆਜ਼ ਜਿਹੜੇ ਸੀ ਆਪਸ ਦੇ ਵਿੱਚ ਟਰਾਂਸਫਰ ਹੋਣੇ ਸ਼ੁਰੂ ਹੋਏ ਵੈਲਿਊ ਸਿਸਟਮ ਸੀਗਾ ਜਿੱਦਾਂ ਅਸੀਂ ਹੁਣ ਕਹਿੰਦੇ ਆ ਕਿ ਨਾ ਫ੍ਰੀ ਸਪੀਚ ਹੈ ਨਾ ਕਈ ਉਹਨਾਂ ਦੇ ਵਿੱਚ ਕਈ ਉਹ ਦੇਸ਼ਾਂ ਦੇ ਵਿੱਚ ਵੀ ਹੁਣ ਫ੍ਰੀ ਸਪੀਚ ਦੀ ਗੱਲ ਤੁਰਨ ਲੱਗ ਪਈ ਹੈ ਜਿਨ੍ਹਾਂ ਦੇ ਕਨਸਟੀਟਿਊਸ਼ਨ ਦਾ ਫ੍ਰੀ ਸਪੀਚ ਇੱਕ ਰਾਈਟ ਵੀ ਨਹੀਂ ਹੈ ਹੈ ਨਾ ਸੋ ਜਿਹੜਾ ਇਹ ਸਿਸਟਮ ਸੀਗਾ ਇਹ ਗਲੋਬਲ ਸਿਸਟਮ ਸੀਗਾ ਇਹ ਦੀ ਜਿਹੜਾ ਸੋਸ਼ਲ ਮੀਡੀਆ ਉਹਦੇ ਵਿੱਚ ਆਇਆ ਆ ਤਾਂ ਲੋਕਾਂ ਨੂੰ ਇੱਕ ਆਵਾਜ਼ ਮਿਲੀ ਪਰ ਉਹ ਕਹਿੰਦੇ ਨੇ ਕਿ ਕੋਈ ਵੀ ਚੀਜ਼ ਪਰਫੈਕਟ ਨਹੀਂ ਹੁੰਦੀ ਜਦੋਂ ਲੋਕਾਂ ਨੂੰ ਆਵਾਜ਼ ਮਿਲੀ ਤਾਂ ਜਿਹੜੇ ਪਾਵਰ ਪਲੇਅਰ ਨੇ ਦੇ ਆਲਸੋ ਰੀਅਲਾਈਜ਼ ਕਿ ਯੂ نو ਇਟ ਇਜ਼ ਐਨ ਓਪਰਚੁਨਿਟੀ ਫਿਰ ਇੱਕ ਇਨਫਲੂਐਂਸਰ ਸਿਸਟਮ ਬਿਲਡ ਹੋਇਆ ਇਨਫਲੂਐਂਸ ਸਿਸਟਮ ਦੇ ਨਾਲ ਜਿਹੜੇ ਉਹੀ 올ਡ ਪਾਵਰ ਪਲੇਅਰ ਸੀਗੇ ਹਨਾ ਨਾ ਨਾਉ ਦੇ ਹੈਵ ਉਹਨਾਂ ਕੋ ਇੱਕ ਮੈਗਾਫੋਨ ਸੀ ਹੁਣ 50 ਮੈਗਾਫੋਨ ਨੇ ਫਿਰ ਉਹਦੇ ਵਿੱਚ ਯੂ نو ਕਈ ਕੰਟਰੀਜ਼ ਦੇ ਵਿੱਚ ਤੁਸੀਂ ਇਹ ਵੀ ਦੇਖਦੇ ਆ ਕਿ ਜਿੱਥੇ ਜਿੱਥੇ ਜਾ ਕੇ ਸੋਸ਼ਲ ਮੀਡੀਆ ਨੈਟਵਰਕਸ ਨੇ ਆਪ ਦਾ ਕੰਮ ਕਰਨਾ ਉਥੇ-ਉਥੇ سوشل میڈیا ਨੈਟਵਰਕਸ ਵਿਲ ਬੀ ਥ੍ਰੈਟਨਡ ਜਿਓ ਗਵਰਨਮੈਂਟਸ ਦੇ ਨਾਲ ਨਹੀਂ ਚਾਹਦੇ ਸੋ ਇਟਸ ਅ ਬੈਕ ਐਂਡ ਫੋਰਥ ਬੈਟਲ ਥੈਟ ਕੀਪਸ 온 ਫਾਈਟਿੰਗ ਪਰ ਨਾਲ ਨਾਲ ਆਈ ਥਿੰਕ ਜਿਹੜੀ سوشل میڈیا ਦੀਆਂ ਕਈ ਲੇਅਰਸ ਨੇ ਜਿਹੜੀਆਂ ਆਪਾਂ ਨੂੰ ਅਨਰੈਵਲ ਕਰਨ ਦੀ ਲੋੜ ਹੈ ਹੁਣ ਜਿਵੇਂ ਤੁਸੀਂ ਗੱਲ ਕੀਤੀ ਨਾ ਵੀ ਦੁਨੀਆ ਇੱਕ ਪਿੰਡ ਬਣ ਗਈ ਵਰਲਡ ਬੀਕੇਮ ਅ ਵਿਲੇਜ ਇਹ ਤੁਹਾਨੂੰ ਇਦਾਂ ਨਹੀਂ ਕਈ ਵਾਰ ਲੱਗਦਾ ਵੀ سوشل میڈیا ਨਾਲ ਹੁੰਦਾ ਕੀ ਹੈ ਵੀ ਕਿਸੇ ਵੀ ਥਾਂ ਦੀ ਕਿਸੇ ਹੋਰ ਥਾਂ ਦੀ ਦੂਰ ਦੁਰਾਡੇ ਦੁਨੀਆ ਦੇ ਕਿਸੇ ਹਿੱਸੇ ਦੇ ਵਿੱਚ ਉੱਥੇ ਦੀ ਜ਼ਮੀਨੀ ਹਕੀਕਤ ਜਾਂ ਉੱਥੇ ਦੇ ਮੁਆਸ਼ਰੇ ਦੀ ਸੋਸਾਇਟੀ ਦੀ ਹਕੀਕਤ ਕੁਝ ਹੋਰ ਆ ਪਰ ਕਿਸੇ ਹੋਰ ਦੁਨੀਆ ਦੇ ਹਿੱਸੇ ਦੀਆਂ ਵੈਲਿਊਜ਼ ਫਿਰ ਉੱਥੇ ਸੁਪਰ ਇੰਪੋਜ਼ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਮੇਬੀ ਜਿਹੜੀ ਉਹ ਥਾਂ ਹੁੰਦੀ ਆ ਉਸ ਆਈਡੀਆ ਵਾਸਤੇ ਜਾਂ ਉਸ ਥੌਟ ਪ੍ਰੋਸੈਸ ਵਾਸਤੇ ਹਲੇ ਉਨੀ ਮੈਚੂਰ ਨਹੀਂ ਹੋਈ ਹੁੰਦੀ ਜਾਂ ਜਿਹੜੀ ਜ਼ਮੀਨ ਆ ਉਸ ਵਾਸਤੇ ਤਿਆਰ ਨਹੀਂ ਹੁੰਦੀ ਸੋ ਉਹਦੇ ਕਰਕੇ ਜਿਹੜਾ ਡਿਫਰੈਂਸ ਆਫ ਓਪੀਨੀਅਨ ਆ ਉਹ ਹੋਰ ਜ਼ਿਆਦਾ ਮੈਗਨੀਫਾਈ ਹੋ ਜਾਂਦਾ ਹਾਂਜੀ ਅਮ ਮੈਨੂੰ ਲੱਗਦਾ ਦੋ ਚੀਜ਼ਾਂ ਪੈਰਲਲ ਚ ਨੇ ਹੈ ਨਾ ਇੱਕ ਤਾਂ ਇਹ ਆ ਕਿ ਜਿਹੜਾ ਟ੍ਰੇਡ ਹੈਗਾ ਜਿਹੜਾ ਦੁਨੀਆ ਗਲੋਬਲ ਵਿਲੇਜ ਕਈ ਪੱਖਾਂ ਤੋਂ ਬਣ ਰਿਹਾ ਰਾਈਟ ਇੱਕ ਤਾਂ ਇਸ ਪੱਖ ਤੋਂ ਬਣ ਰਿਹਾ ਆ ਕਿ ਜਿਹੜੀ ਕਮਿਊਨੀਕੇਸ਼ਨ ਦੀਆਂ ਲਾਈਨਸ ਨੇ ਬਾਰਡਰ ਆਫ ਕਮਿਊਨੀਕੇਸ਼ਨ ਹੈ ਤੁਸੀਂ ਇਹ ਦੇਖੋ ਕਿ ਹੁਣ ਅਸੀਂ ਕਿਸੇ ਵੀ ਜਗ੍ਹਾ ਤੇ ਬੈਠੇ ਅਸੀਂ ਕਮਿਊਨੀਕੇਸ਼ਨ ਸਿਰਫ ਆਪਣੇ ਗੁਆਂਢ 'ਚ ਨਹੀਂ ਕਰ ਰਹੇ ਹੁੰਦੇ ਆਪਣਾ ਅਸੀਂ ਕਮਿਊਨੀਕੇਸ਼ਨ ਪੰਜਾਬ ਬੈਠੇ ਵੀ ਕਰ ਰਹੇ ਹੁੰਦੇ ਆ ਜਾਂ ਯੂ ਐਸ ਬੈਠੇ ਲੋਕਾਂ ਨਾਲ ਆਸਟ੍ਰੇਲੀਆ ਬੈਠੇ ਲੋਕਾਂ ਨਾਲ ਸੋ ਸੱਡਨਲੀ ਜਿਹੜੇ ਐਕਸਪੀਰੀਐਂਸਸ ਨੇ ਉਹ ਰਿਐਲਿਟੀ ਤੇ ਵਰਚੁਅਲ ایکسپੀਰੀਅੰਸ ਆਪਸ ਦੇ ਵਿੱਚ ਫਿਊਜ਼ ਹੋ ਰਹੇ ਨੇ ਜੀ ਠੀਕ ਹੈ ਜੀ ਪਰ ਦੂਸਰੀ ਚੀਜ਼ ਜਿਹੜੀ ਉਹ ਹੈਗੀ ਆ ਉਹ ਵਰਲਡ ਆਰਡਰ ਵੀ ਜੇ ਤੁਸੀਂ ਉਸ ਨੂੰ ਦੇਖੋ ਜਿਸ ਤਰ੍ਹਾਂ ਨਾ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਅ ਦੇ ਵਿੱਚ ਇਹਨਾਂ ਦਾ ਵਰਲਡ ਟ੍ਰੇਡ ਵਧ ਰਿਹਾ ਹੈਗਾ ਆ ਤਾਂ ਉਹਦੇ ਨਾਲ ਦੇ ਨਾਲ ਇਹ ਵੀ ਹੈ ਕਿ ਹੁਣ ਮਤਲਬ ਯੂਐਸ ਦੇ ਤੁਸੀਂ ਇਨਵੈਸਟਮੈਂਟਸ ਵੇਖੋ ਜੇ ਹਨਾ ਉਹ ਇੰਡੀਆ 'ਚ ਵੀ ਲੱਗ ਰਹੀਆਂ 1 ਬਿਲੀਅਨ ਡਾਲਰ ਤੋਂ ਉੱਤੇ ਦੀ ਇਨਵੈਸਟਮੈਂਟ ਫਲੋ ਹੋਈ ਇੰਡੀਆ ਦੇ ਵਿੱਚ ਹੋਰ ਵੀ ਦੇਸ਼ਾਂ ਚ ਚਾਈਨਾ ਇਨਵੈਸਟਮੈਂਟਸ ਆਸਟ੍ਰੇਲੀਆ 'ਚ ਲੱਗ ਰਹੀਆਂ ਨੇ ਸੋ ਇਹ ਦੋਵੇਂ ਚੀਜ਼ਾਂ ਪੈਰਲਲ ਚ ਚੱਲ ਰਹੀਆਂ ਨੇ ਹਨਾ ਸੋ ਇੱਕ ਪੰਨੇ ਜਿਹੜਾ ਜਿਹੜੀ ਟਰੇਡ ਹੈਗੀ ਆ ਉਹ ਇਹ ਫੋਰਸ ਕਰ ਰਹੀ ਆ ਕਿ ਹਨਾ ਕਿ ਗਲੋਬਲ ਆ ਜਿਹੜਾ ਲੈਂਡ ਦੇਣ ਹੋਵੇ ਗਲੋਬਲ ਲੈਂਡ ਦੇਣ ਦੇ ਨਾਲ ਕਈ ਤਰ੍ਹਾਂ ਦੇ ਮਤਲਬ ਲੋਕਲ ਹਿਊਮਨ ਫੈਕਟਰਸ ਨੇ ਜਿਹੜੇ ਚੇਂਜ ਹੋ ਰਹੇ ਨੇ ਤੇ ਦੂਜੀ ਜਿਹੜੀ ਆ ਉਹ ਗਲੋਬਲ ਕਨਵਰਸੇਸ਼ਨ ਹੋ ਰਹੀ ਆ ਹਨਾ ਸੋ ਦ ਕੁਐਸਚਨ ਬਿਕਮਸ ਕਿ ਵੀ ਹਾਊ 杜 ਵੀ ਮੂਵ ਅਸੀਂ ਅੱਜ ਦਾ ਜਿਹੜਾ ਇੱਕ ਲੋਕਲਾਈਜ਼ੀਆ ਪਿਛਲੀ ਸੈਂਚਰੀ ਦਾ ਲੋਕਲਾਈਜ਼ਡ এনवायरमेंट ਸੀਗਾ ਉਹਦੇ ਵਿੱਚੋਂ ਇਹ ਜਿਹੜੀ ਨਵੀਂ ਗਲੋਬਲ ਸਿਸਟਮ ਹੈਗਾ ਆ ਹਨਾ ਜਿਹਦੇ ਵਿੱਚ ਬਾਰਡਰਸ ਆਰ ਮੈਲਟਿੰਗ ਅਵੇ ਉਹਦੇ ਵਿੱਚ ਘਾਰ ਰੋਲ ਇਹ ਕਮਿਊਨੀਕੇਸ਼ਨ ਨੈਟਵਰਕਸ ਤੇ ਕਿਵੇਂ ਦੇ ਨੇ ਤੇ ਰਿਐਲਿਟੀ ਤੋਂ ਕਿਤੇ ਬਹੁਤ ਜ਼ਿਆਦਾ ਪਰੇ ਦੂਰ ਤਾਂ ਨਹੀਂ ਖਿੱਚੇ ਜਾ ਰਹੇ ਆਈ ਥਿੰਕ ਇਹ ਇੱਕ ਬਹੁਤ ਡੂੰਗੀ ਡਿਸਕਸ਼ਨ ਹੈ ਆਈ ਥਿੰਕ ਇਹਦੇ ਇਹਦੇ ਵਿੱਚ ਗਵਰਨਮੈਂਟ ਦਾ ਰੋਲ ਹੈਗਾ ਇੰਡੀਵਿਜੂਅਲਸ ਦਾ ਰੋਲ ਹੈਗਾ ਆਰਗੇਨਾਈਜੇਸ਼ਨਸ ਦਾ ਰੋਲ ਹੈਗਾ ਪਰ ਉਤੋਂ ਵੀ ਇੰਪੋਰਟੈਂਟ ਰੋਲ ਇਹ ਹੈਗਾ ਕਿ ਅਸੀਂ ਕੀ ਇੱਕ ਟੈਕਨੋਲੋਜੀ ਦੇ ਰਿਐਕਟਿਵ ਤਾਂ ਨਹੀਂ ਹੋਈ ਜਾ ਰਹੇ ਮੈਂ ਬਹੁਤ ਚਿਰ ਪਹਿਲਾਂ ਨਾ ਇੱਕ ఐ థింక్ దిస్ ఇస్ 8 1900 దిస్ షురూ دے وچ ایک جرمن ఫిలాసఫర్ سیگا اوతమే పేపర్ پڑھਦਾ سیگا جی تے ہی سیڈ کہ ਜਦੋਂ ਵੀ ਬੰਦਾ ਟੈਕਨੋਲੋਜੀ ਇਨਵੈਂਟ ਕਰਦਾ ਉਹ ਆਪਣੀ ਫੈਸਿਲਿਟੀ ਮਤਲਬ ਆਪਣੀ ਈਜ਼ ਦੇ ਲਈ ਕਰਦਾ ਸਹੂਲਤ ਲਈ ਕਰਦਾ ਸੇ ਨਾ ਕਿਸੇ ਪੁਆਇੰਟ ਦੇ ਉੱਤੇ ਜਿਹੜੇ ਹਿਊਮਨਸ ਹੁੰਦੇ ਆ ਉਹ ਰੈਦਰ ਦੈਨ ਟੈਕਨੋਲੋਜੀ ਨੂੰ ਡਰਾਈਵ ਕਰਨ ਦੀ ਬਜਾਏ ਟੈਕਨੋਲੋਜੀ ਨੂੰ ਰਿਐਕਟ ਕਰਨਾ ਸ਼ੁਰੂ ਕਰ ਦਿੰਦੇ ਆ ਤਾਂ ਟੈਕਨੋਲੋਜੀ ਹੀ ਉਹਨਾਂ ਨੂੰ ਡਰਾਈਵ ਕਰਨਾ ਸ਼ੁਰੂ ਕਰ ਦਿੰਦੀ ਠੀਕ ਹੈ ਜੀ ਸੋ ਵੈਲ ਸਰ ਸੋ ਹੁਣ ਤੁਸੀਂ ਇਹ ਵੇਖੋ ਕਿ ਜਿਹੜੇ ਇਨਸੈਂਟਿਵਸ ਵੀ ਨਹੀਂ ਕਸੇ ਵੀ ਚੀਜ਼ ਨੂੰ ਸਮਝਣਾ ਹੋਵੇ ਤਾਂ ਤੁਹਾਨੂੰ ਫਾਲੋ ਦਾ ਮਨੀ ਕਰਨਾ ਪਊਗਾ ਸੋ ਫੇਸਬੁਕ ਸੋਸ਼ਲ ਮੀਡੀਆ ਦੇ ਜਿਹੜੇ ਇਨਸੈਂਟਿਵਸ ਨੇ ਉਹ ਥੋੜੀ ਵੱਧ ਤੋਂ ਵੱਧ ਐਂਗੇਜਮੈਂਟ ਦੇ ਨਾਲ ਨੇ ਸੋ ਉਹਦੇ ਨਾਲ ਪ੍ਰੋਬਲਮ ਇਹ ਹੋ ਰਹੀ ਹੈ ਕਿ ਜਿਹੜੀ ਰਿਐਲਿਟੀ ਗਰਾਊਂਡ ਦੇ ਉੱਤੇ ਹੈਗੀ ਆ ਉਹਦੇ ਵਿੱਚ ਐਂਗੇਜਮੈਂਟ ਹਿਊਮਨਸ ਦੀ ਘਟ ਰਹੀ ਆ ਤੇ ਵਰਚੁਅਲ ਰਿਐਲਿਟੀ ਦੇ ਵਿੱਚ ਜਿੰਨਾ ਕਮਿਊਨੀਕੇਸ਼ਨ ਜਿਹੜੀ ਆ ਐਕਸਪੀਰੀਅੰਸ ਜਿਹੜਾ ਉਹ ਵੱਧ ਰਿਹਾ ਆ ਔਰ ਕਿਸੇ ਨਾ ਕਿਸੇ ਪੁਆਇੰਟ ਤੋਂ ਉਹ ਰਿਐਲਿਟੀ ਦੇ ਨਾਲ ਕੰਪਲੀਟਲੀ ਡਿਸਕਨੈਕਟ ਵੀ ਹੋ ਜਾਂਦੀ ਜੀ ਅੱਛਾ ਇੱਕ ਨਾ ਜਿਹੜੀ ਮੈਂ ਤੁਹਾਡੇ ਨਾਲ ਗੱਲ ਅੱਗੇ ਕਰਨੀ ਵਿਚਾਰ ਬਾਰੇ ਫਿਰ ਇੱਕ ਗੱਲ ਆ ਤੁਹਾਡੀ ਪਰਸਨਲ ਇਨਫੋਰਮੇਸ਼ਨ ਬਾਰੇ ਤੇ ਇਹ ਫੇਸਬੁਕ ਹੋਈ ਜਾਂ ਹੋਰ ਵੈਬਸਾਈਟਸ ਹੋਈਆਂ ਨਾ ਤੇ ਉੱਪਰ ਹੁਣ ਇਹ ਦੋਸ਼ ਐਂਟੀਟਰਸਟ ਦੇ ਮੁਕਦਮੇ ਤੇ ਹੋਰ ਤਫ਼ਤੀਸ਼ਾਂ ਚੱਲ ਰਹੀਆਂ ਨੇ ਵੀ ਆਮ ਲੋਕਾਂ ਦੀ ਜਿਹੜੀ ਜਾਣਕਾਰੀ ਸੀ ਉਹ ਐਗਰੀਗੇਟ ਡਾਟਾ ਉਹਨੂੰ ਹਾਰਵੈਸਟ ਕਰਕੇ ਉਹਨੂੰ ਕਿਸ ਹਸਾਬ ਨਾਲ ਮਿਸਯੂਜ਼ ਕਰਨ ਦੀਆਂ ਕੋਸ਼ਿਸ਼ਾਂ ਹੋਈਆਂ ਹੁਣ ਲੇਟਲੀ ਈਵਨ ਕੱਲ੍ਹ ਜਿਹੜੇ ਪ੍ਰਾਈਵੇਸੀ ਕਮਿਸ਼ਨਰਸ ਨੇ ਕੈਨੇਡਾ ਦੇ ਵਿੱਚ ਆਰ ਉਹਨਾਂ ਨੇ ਇੱਕ ਕਲੀਅਰ ਵਿਊ AI ਉਹਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਆ ਵੀ ਉਹਨਾਂ ਨੇ ਕਿਸ ਤਰ੍ਹਾਂ 3 ਬਿਲੀਅਨ ਫੋਟੋਆਂ ਇਦਾਂ ਹੀ ਹਾਰਵੈਸਟ ਕਰਕੇ ਸੋਸ਼ਲ ਮੀਡੀਆ ਤੋਂ ਉਹਨਾਂ ਨੂੰ ਕਿਵੇਂ ਇੱਕ ਡਾਟਾਬੇਸ ਬਣਾ ਲਿਆ ਚਲੋ ਹੁਣ ਕੈਨੇਡਾ ਦੇ ਵਿੱਚ ਕੋਈ ਕੰਪਨੀ ਨਹੀਂ ਆਪਰੇਟ ਕਰ ਰਹੀ ਜਾਂ ਫਿਰ ਜਿਹੜਾ ਕੈਂਬਰਿਜ ਐਨਾਲਿਟਿਕਾ ਦਾ ਸਕੈਂਡਲ ਸੀ ਉਹ ਸਿੱਧਾ-ਸਿੱਧਾ ਫੇਸਬੁਕ ਦੇ ਨਾਲ ਉਹ ਜੁੜਿਆ ਹੋਇਆ ਸੀ ਸੋ ਇਹ ਸਾਰੀਆਂ ਗੱਲਾਂ ਬਾਰੇ ਵੀ ਥੋੜੀ ਜਿਹੀ ਜ਼ਰੂਰ ਗੱਲ ਕਰਨੀ ਚਾਹਾਂਗੇ ਵੀ ਉਹ ਡਾਟਾ ਫਿਰ ਫਰਦਰ ਪੋਲਿਟਿਕਸ ਤੇ ਇਲੈਕਸ਼ਨਸ ਨੂੰ ਮੈਨੀਪੂਲੇਟ ਕਰਨ ਲਈ ਜਾਂ ਪੋਲਿਟਿਕਸ ਪੋਲਿਟিক্যাল ਵਿਚਾਰਧਾਰਾ ਬਾਰੇ ਲੋਕਾਂ ਨੂੰ ਇਨਫਲੂਐਂਸ ਕਰਨ ਲਈ ਕੀ ਮੇਂ ਇਸਤੇਮਾਲ ਕੀਤਾ ਜਾਂਦਾ ਜੀ ਆਈ ਥਿੰਕ ਦਿਸ ਬੜੀ ਇੱਕ ਵਧੀਆ ਯੂ ਨੋ ਗਲ ਪੁਆਇੰਟ ਕੀਤੀ ਕੈਂਬਰਿਜ ਐਨਾਲਿਟਿਕਾ ਦਾ ਜਿਹੜਾ ਸਕੈਂਡਲ ਹੋਇਆ ਸੀਗਾ ਜਿਹਦੇ ਵਿੱਚ ਫੇਸਬੁੱਕ ਦੇ ਨਾਲ ਇੱਕ ਮਤਲਬ ਇੱਕ ਆਰਗੇਨਾਈਜੇਸ਼ਨ ਸੀਗੀ ਜਿਹੜੀ ਡਾਟਾ ਹਾਰਵੈਸਟਿੰਗ ਕਰਕੇ ਤੇ ਇਟ ਊਡ ਇਨਫਲੂਐਂਸ ਉਹ ਇਹ ਦੱਸਦੀ ਸੀਗੀ ਪੋਲਿਟਿਸ਼ੀਅਨਸ ਨੂੰ ਕਿ ਤਾਂ ਤੁਸੀਂ ਕਿਹੜੀ ਜਗ੍ਹਾ ਤੇ ਟਾਰਗੇਟ ਕਰਨਾ ਕਿਵੇਂ ਦੇ ਉੱਥੇ ਲੋਕ ਨਹੀਂ ਸੋ ਡਾਟਾ ਇੱਕ ਗੱਲ ਤਾਂ ਹੈਗੀ ਆ ਕਿ ਅਸੀਂ ਦੁਨੀਆ ਦੇ ਵਿੱਚ ਡਾਟਾ ਹੁਣ ਬਹੁਤ ਜ਼ਿਆਦਾ ਪ੍ਰੋਡਿਊਸ ਕਰਨ ਲੱਗ ਪਏ ਅਸੀਂ ਜਿੱਥੇ ਵੀ ਮੂਵ ਕਰ ਰਹੇ ਹਾਂ ਸਾਡੇ ਫੋਨਸ ਡਾਟਾ ਪ੍ਰੋਡਿਊਸ ਕਰ ਰਹੇ ਨੇ ਸਾਡਾ ਅਸੀਂ ਜਦੋਂ ਕਮਿਊਨੀਕੇਟ ਕਰਦੇ ਹਾਂ ਕਿੰਨਾਂ ਲੋਕਾਂ ਨਾਲ ਕਮਿਊਨੀਕੇਟ ਕਰ ਰਹੇ ਹਾਂ ਉਹ ਡਾਟਾ ਪ੍ਰੋਡਿਊਸ ਹੋ ਰਿਹਾ ਅਕਚੁਅਲੀ ਜਿਹੜੀ ਵਰੰਦ ਕੰਪਨੀ ਆਈ ਕੋ ਫਾਊਂਡਡ ਮੈਂ ਕੰਪਨੀ ਅਰਬਨ ਲੌਜੀਕ ਆ ਕੋਫਾਊਂਡ ਕੀਤੀ ਸੀਗੀ ਐਂਡ ਰੈਨ ਇਟ ਫਾਰ 4 ਇਅਰਸ ਐਜ਼ ਇਟਸ ਚੀਫ ਟੈਕਨੋਲੋਜੀ ਆਫੀਸਰ ਜੀ ਤੇ ਅਸੀਂ ਵੀ ਜਿਹੜਾ ਜਿਹੜਾ ਚੀਜ਼ ਫੋਕਸ ਕਰਦੇ ਸੀਗੇ ਅਸੀਂ ਫੋਕਸ ਕਰਦੇ ਸੀ ਕਿ ਡੇਟਾ ਦੇ ਨਾਲ ਪ੍ਰੈਡਿਕਸ਼ਨਸ ਕਿੱਦਾਂ ਕਰਨੀਆਂ ਨੇ ਠੀਕ ਹੈ ਜੀ ਪਰ ਉਹ ਜਿਹੜਾ ਡੇਟਾ ਸੀ ਯੂਜ਼ ਕਰਦੇ ਸੀ ਉਹ ਗਵਰਨਮੈਂਟ ਡੇਟਾ ਹੁੰਦਾ ਸੀ ਗਵਰਨਮੈਂਟ ਦੇ ਲਈ ਪ੍ਰੈਡਿਕਸ਼ਨਸ ਕਰਨ ਦੇ ਲਈ ਅਸੀਂ ਉਹਨਾਂ ਨੂੰ ਇਨੇਬਲ ਕਰਨ ਦੇ ਲਈ ਯੂਜ਼ ਕਰਦੇ ਸੀਗੇ ਜੀ ਬਟ ਇਹੀ ਜਿਹੜਾ ਡੇਟਾ ਹੈਗਾ ਜਦੋਂ ਹੁਣ ਤੁਸੀਂ ਇੰਡੀਵਿਜੂਅਲਸ ਦੇ ਪੈਕ ਕਹਿੰਦਾ ਹੁੰਦਾ ਸੀ ਜਿਵੇਂ ਟਿਕਟੌਕ ਸੀਗੀ ਹਮ ਟਿਕਟੌਕ ਨੋਟ ਟਿਕਟੌਕ ਹੈਜ਼ ਮੋਰ ਡੇਟ ਔਨ ਪੰਜਾਬ ਦੈਨ ਇਟਸ ਇਨ ਗਵਰਨਮੈਂਟ ਹਨਾ ਕਿ ਲੋਕੀ ਕਿੱਥੇ ਕਿ ਜਾਂਦੇ ਨੇ ਕਿੱਥੋਂ ਤੱਕ ਜਾਂਦੇ ਨੇ ਜਿਹੜੇ ਦਿਨ ਸਵੇਰੇ ਸਵੇਰੇ ਕਿੰਨੇ ਵਜੇ ਉੱਠਦੇ ਨੇ ਕਿੰਨੇ ਵਜੇ ਸੌਂਦੇ ਨੇ ਆ ਕਿੰਨਾ ਲੋਕਾਂ ਨਾਲ ਕਮਿਊਨੀਕੇਟ ਕਰਦੇ ਕਿੱਦਾਂ ਦੀਆਂ ਉਹਨਾਂ ਦੀਆਂ ਪਸੰਦਾਂ ਨੇ ਆ ਕਿੱਦਾਂ ਦੀਆਂ ਵੀਡੀਓਜ਼ ਦੇਖਦੇ ਨੇ ਕਿੱਦਾਂ ਦੇ ਮੈਸੇਜ ਨੂੰ ਉਹ ਇਨਫਲੂਐਂਸ ਹੋਣਗੇ ਸੋ ਯੂ ਸੀ ਵੇਅਰ ਆਮ ਗੋਇੰਗ ਰਾਈਟ 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 ਯੈਸ ਜੇ ਤੁਸੀਂ ਇਫ ਆਈ ਕੈਨ ਗੈਟ ਇਨ ਟੂ ਯੋਰ ਹੈਡ ਐਂਡ ਨੋ ਮੈਂ ਇਹ ਸਮਝ ਸਕਦਾ ਹਾਂ ਕਿ ਤੁਹਾਡੀਆਂ ਚੋਇਸਿਸ ਕਿੱਦਾਂ ਦੀਆਂ ਨੇ ਹਨਾ then i can very easily influence ke tusi ਕਿੱਧਰ ਨੂੰ ਸੋਚਣਾ ਚਾਹੋਗੇ ਹੈਨਾ ਐਂਡ ਜੇ ਤੁਸੀਂ ਇਹ ਵੇਖੋ ਕਿ ਜਿਹੜੇ ਸੋਸ਼ਲ ਮੀਡੀਆ ਨੈਟਵਰਕਸ ਦੇ ਵਿੱਚ ਇਹਨਾਂ ਦੇ ਉੱਤੇ ਪ੍ਰੋਪਰ ਰਿਸਰਚ ਚੱਲਦੀ ਹੈ ਕਿ ਇਨ ਐਂਡ ਯੂ ਹੈਵ ਟੂ ਰੀਅਲਾਈਜ਼ ਕਿ ਜਿਹੜੇ ਇਹ ਕੰਪਨੀਆਂਜ਼ ਨੇ ਆਹ ਇਹ ਵੈਲਿਊ ਇਹ ਸ਼ੇਅਰ ਸ਼ੇਅਰ ਮਾਰਕੀਟ ਪ੍ਰਾਈਸ ਡਰਾਈਵਨ ਨੇ ਤੇ ਇਹਨਾਂ ਦੇ ਇਨਸੈਂਟਿਵ ਜਿਹੜੇ ਉਹ ਜ਼ਰੂਰੀ ਨਹੀਂ ਹੈਗਾ ਕਿ ਲੋਕਾਂ ਦੇ ਇਨਸੈਂਟਿਵ ਦੇ ਨਾਲ ਜੁੜਿਆ ਹੋਵੇ ਜੀ ਇਨਫਾਰਮੇਸ਼ਨ ਬੱਬਲਸ ਕਿਵੇਂ ਕ੍ਰੀਏਟ ਹੋ ਗਏ ਨੇ ਸੋਸ਼ਲ ਮੀਡੀਆ ਨਾਲ ਪਹਿਲਾਂ ਇਹ ਹੁੰਦਾ ਸੀ ਵੀ ਜਿਹੜਾ ਬੰਦਾ ਮੇਬੀ ਇੱਕ ਖੇਤੇ ਦੇ ਵਿੱਚ ਰਹਿ ਰਿਹਾ ਇੱਕ ਏਰੀਆ ਦੇ ਵਿੱਚ ਉਹ ਸੇਮ ਕਿਸਮ ਦੀ ਇਨਫੋਰਮੇਸ਼ਨ ਹੀ ਕੰਜ਼ੂਮ ਕਰ ਰਿਹਾ ਹੋਣਾ ਜਿਹੜੀ ਤੁਸੀਂ ਪਹਿਲਾਂ ਗੱਲ ਕਰਦੇ ਸੀ ਨਾ ਵੀ ਵਰਚੁਅਲ ਨਾਲ ਅਸੀਂ ਇੰਨੇ ਕਨੈਕਟ ਹੋ ਗਏ ਆ ਕਿ ਗਰਾਉਂਡ ਰਿਐਲਿਟੀ ਤੋਂ ਕਈ ਵਾਰ ਟੁੱਟ ਜਾਂਦੇ ਆ ਉਹਤੇ ਐਲੈਬੋਰੇਟ ਕਰੋ ਪਲੀਜ਼ ਜੀ ਜਿਹੜੀ ਨਾ ਜਿਹੜਾ ਜਿਹੜੇ ਅੱਜ ਤੋਂ ਪਹਿਲਾਂ ਦੇ ਨਿਊਜ਼ਪੇਪਰ ਸੀਗੇ ਸਕੂਲ ਨਿਊਜ਼ਪੇਪਰ ਸੀ ਜਾਂ 올 ਸਕੂਲ ਮੀਡੀਆ ਸੀ ਸੀਗੇ ਜਾਂ ਜਿਹੜਾ ਹੁਣ ਰੇਡੀਓ ਵੀ ਆ ਉਹਦੇ ਵਿੱਚ ਜਿਹੜੀ ਬ੍ਰਾਡਕਾਸਟਿੰਗ ਟੈਕਨੀਕ ਹੈਗੀ ਆ ਉਹ ਇਹ ਹੈਗੀ ਆ ਕਿਉਂਕਿ ਵਾਟਰ ਵਾਟ ਇਜ਼ ਦ ਇਨਫੋਰਮੇਸ਼ਨ ਜਿਹੜੀ ਇੱਕ ਮੈਜੋਰਟੀ ਦੇ ਲਈ ਹਾਂ ਤਾਂ ਇੰਟਰਸਟਿੰਗ ਹੋਊਗੀ ਤੇ ਜਾਂ ਉਹ ਜਿਹਨੂੰ ਕਹਿ ਸਕਦੇ ਯੂਸਫੁਲ ਹੋਊਗੀ ਹਨਾ ਇਹਨਾਂ ਦੋ ਬੇਸਿਸ ਦੇ ਉੱਤੇ ਪ੍ਰੋਗਰਾਮਿੰਗ ਜਾਂ ਇਹਨਾਂ ਦੋ ਬੇਸਿਸ ਤੇ ਕੰਟੈਂਟ ਜਿਹੜਾ ਚੂਸ ਕੀਤਾ ਜਾਂਦਾ ਵਨ ਟੂ ਮੈਨੀ ਚਾਹਤ ਕਿ ਜਿਹੜਾ ਹਾਂਜੀ ਵਨ ਟੂ ਮੈਨੀ ਵਨ ਟੂ ਮੈਨੀ ਮਾਡਲ ਹੈ ਹਾਂਜੀ ਵਨ ਟੂ ਮੈਨੀ ਮਾਡਲ ਹਨਾ ਜਿਹੜਾ ਸੋਸ਼ਲ ਮੀਡੀਆ ਨੈਟਵਰਕ ਆ ਬਿਕਾਜ਼ ਇਟ ਕੈਨ ਟਰੈਕ ਵੀ ਤੁਹਾਡੀਆਂ ਲਾਈਕਸ ਕਿਨੇ ਕਿਹੜੀਆਂ ਚੀਜ਼ਾਂ ਤੁਸੀਂ ਲਾਈਕ ਕਰ ਰਹੇ ਹੋ ਕਿਹੜੀਆਂ ਚੀਜ਼ਾਂ ਨੂੰ ਤੁਸੀਂ ਵੇਖ ਰਹੇ ਹੋ ਕਿੰਨੀਆਂ ਚੀਜ਼ਾਂ 'ਤੇ ਤੁਸੀਂ ਟਾਈਮ ਜ਼ਿਆਦਾ ਸਪੈਂਡ ਕਰ ਰਹੇ ਹੋ ਐਂਡ ਕਿਉਂਕਿ ਸੋਸ਼ਲ ਮੀਡੀਆ ਦੇ ਇਨਸੈਂਟਿਵਸ ਇਸ ਚੀਜ਼ ਦੇ ਵਿੱਚ ਹੈ ਕਿ ਤੁਸੀਂ ਪ ਇਨਾਂ ਦੇ ਜਿਹੜੇ ਇਨਸੈਂਟਿਵ ਆ ਉਹ ਇਸ ਚੀਜ਼ ਦੇ ਉੱਤੇ ਆ ਕਿ ਐਡਵਰਟਾਈਜ਼ਿੰਗ ਜਿਹੜੀ ਆ ਉਹ ਬੜੀ ਫੋਕਸਡ ਐਡਵਰਟਾਈਜ਼ਿੰਗ ਜਿਹੜੀ ਆ ਉਹ ਯੂ نو ਦਿਸ ਦ ਸੈਲ ਯੂਰ ਇਨਫੋਰਮੇਸ਼ਨ ਟੂ ਪ੍ਰੋਵਾਈਡ दैट ਐਡਵਰਟਾਈਜ਼ਿੰਗ ਸੋ ਉਹਦੇ ਕਰਕੇ ਕੀ ਹੁੰਦਾ ਆ ਕਿ ਜਿਹੜੇ ਸੋਸ਼ਲ ਮੀਡੀਆ ਨੈਟਵਰਕ ਨੇ ਉਦਾਂ ਦੀ ਹੀ ਇਨਫੋਰਮੇਸ਼ਨ ਤੁਹਾਨੂੰ ਫੀਡ ਕਰੀ ਜਾਂਦੇ ਆ ਸੋ ਇਟਸ ਅ ਫੀਡਬੈਕ ਫੀਡਬੈਕ ਲੂਪ ਇਨ ਯੂਰ ਮਾਈਂਡ ਤੁਹਾਨੂੰ ਜਿਹੜੀ ਚੀਜ਼ ਪਸੰਦ ਆ ਉਹ ਤੁਸੀਂ ਦੇਖਦੇ ਆ ਉਹ ਦੇਖਦੇ ਆ ਤਾਂ ਤੁਸੀਂ ਉਹਨੂੰ ਪਸੰਦ ਕਰਦੇ ਆ ਉਹ ਪਸੰਦ ਕਰਦੇ ਆ ਤਾਂ ਉਹ ਸਿਗਨਲ ਦਿੰਦਾ ਹੈ ਸੋਸ਼ਲ ਮੀਡੀਆ ਨੈਟਵਰਕ ਨੂੰ ਕਿ ਇਦਾਂ ਦਾ ਕੰਟੈਂਟ ਜਿਹੜਾ ਇਹਨੂੰ ਅਵੇਲੇਬਲ ਕਰਵਾਓ ਹੈਨਾ ਤਾਂ ਅਲਗੋਰਿਦਮ ਜਿਹੜੇ ਨੇ ਆਟੋਮੈਟਿਕਲੀ ਉਦਾਂ ਦਾ ਕੰਟੈਂਟ ਹੀ ਅੱਗੇ ਤੁਹਾਡੇ ਆ ਪਾ ਦਿੰਦੇ ਨੇ ਹੁਣ ਜਿੱਦਾਂ ਅਸੀਂ ਉਹਦੇ ਕਰਕੇ ਫਿਰ ਕੀ ਹੁੰਦਾ ਜਿਹੜੀ ਤੁਸੀਂ ਡਿਵੀਜ਼ਨ ਵੇਖਦੇ ਹੋ ਹੈਨਾ ਆ ਜਿਹੜੀ ਤੁਸੀਂ ਯੂਐਸ ਦੇ ਵਿੱਚ ਹੁਣ ਪੂਰੇ ਆਲਓਵਰ ਅਕ੍ਰੋਸ ਦ ਵਰਲਡ ਤੁਸੀਂ ਦੇਖਦੇ ਹੋ ਯੂਐਸ ਦੇ ਵਿੱਚ ਵੇਖੀ ਤੁਸੀਂ ਆ ਇਵਨ ਇੰਡੀਆ ਦੇ ਵਿੱਚ ਹੁਣ ਤੁਸੀਂ ਅਨਫੋਲਡ ਹੁੰਦੀ ਦੇਖ ਰਹੇ ਹੋ ਉਹ ਡਿਵੀਜ਼ਨ ਜਿਹੜੀ ਹੈਗੀ ਆ ਆਫ opinion ਉਹ ਇਸ ਚੀਜ਼ ਤੇ ਉੱਤੇ ਬੜੀ ਬੇਸਡ ਹੈਗੀ ਆ ਕਿ ਇੱਕ ਹਰ ਇੱਕ ਜਿਹੜੀ ਜੜੀਆਂ ਆਪੋਜ਼ਿੰਗ ਧਿਰਾਂ ਨੇ ਉਹ ਬਿਲਕੁਲ ਆਪੋ ਆਪਣੇ ਇਨਫੋਰਮੇਸ਼ਨ ਬਬਲਸ ਦੇ ਵਿੱਚ ਬੈਠ ਜਾਂਦੇ ਆ। ਹੂੰ। ਦੂਸਰੇ ਸਾਈਡ ਦਾ ਜਿਹੜਾ ਪਾਸਾ ਹੈਗਾ ਦੂਸਰੇ ਸਾਈਡ ਦੀ ਜਿਹੜੀ ਕਨਵਰਸੇਸ਼ਨ ਹੈ ਉਹਨਾਂ ਤੱਕ ਪਹੁੰਚ ਹੀ ਨਹੀਂ ਰਹੀ। ਕਾਊਂਟਰ opinion ਆਉਂਦਾ ਹੀ ਨਹੀਂ। ਹਾਂਜੀ। ਕਾਊਂਟਰ opinion ਆਉਂਦਾ ਹੀ ਨਹੀਂ। ਕਾਊਂਟਰ opinion ਹੁੰਦਾ ਹੀ ਨਹੀਂ ਹੈ ਨਾ। ਤੇ ਉਹਦੇ ਕਰਕੇ ਕੀ ਲੱਗਦਾ ਹੈ ਕਿ ਮਤਲਬ ਦੋਵਾਂ ਧਿਰਾਂ ਨੂੰ ਆਪਸੇ ਲੱਗਣ ਲੱਗ ਪੈਂਦਾ ਕਿ ਦੂਸਰੇ ਨੂੰ ਸਾਡੀ ਗੱਲ ਕਿਉਂ ਨਹੀਂ ਸਮਝ ਆ ਰਹੀ ਜਦਕਿ ਰਿਐਲਿ ਸਾਰੇ ਆਪੋ ਆਪਣੇ ਜਿਹਲੇ ਇਨਫੋਰਮੇਸ਼ਨ ਬੱਬਲਸ ਦੇ ਵਿੱਚ ਬੈਠੇ ਕਿਉਂਕਿ ਬੰਦਾ ਇਹ ਕਹਿੰਦਾ ਵੀ ਮੇਰੀ ਫਰੈਂਡ ਲਿਸਟ ਜਿਹੜੇ 200 ਜਾਂ 500 ਜਾਣੇ ਨੇ ਉਹ ਤਾਂ ਸਾਰੇ ਸਹਿਮਤ ਨੇ ਵੀ ਆਹ ਹੈ ਇੱਕ ਨਰਾਲਾ ਮੈਨੂੰ ਮਿਲ ਗਿਆ ਇਹ ਮੰਨਦਾ ਨਹੀਂ ਵੀ ਇਹ ਇਹ ਲੋਕ ਕਿਉਂ ਨਹੀਂ ਇਹ ਗੱਲ ਸਮਝ ਆਉਂਦੀ ਇਹ ਬਿਲਕੁਲ ਸਹੀ ਗੱਲ ਆ ਤੁਹਾਡੀ ਅੱਛਾ ਹੁਣ ਸਮਾਂ ਸਾਨੂੰ ਹੋਰ ਇਜਾਜ਼ਤ ਨਹੀਂ ਦਿੰਦਾ ਪਰ ਇਹਦੇ ਨਾਲ ਮੈਂ ਇੱਕ ਜੋੜ ਕੇ ਗੱਲ ਜ਼ਰੂਰ ਤੁਹਾਡੇ ਨਾਲ ਕਰਨੀ ਚਾਹਾਂਗਾ ਵੀ ਇਸ ਸਾਰੇ ਵਰਤਾਰੇ ਦੇ ਵਿੱਚ ਆਈ ਥਿੰਕ ਆਈ ਕੈਨ ਆਲਸੋ ਸਪੀਕ ਟੂ ਵੀ ਇਹ ਦੇ ਨਾਲ ਜਰਨਲਿਸਟਸ ਸਵਾਸਤੇ ਕੰਮ ਸੌਖਾ ਹੋਇਆ ਕਿ ਔਖਾ ਹੋਇਆ ਤੇ ਅਨਬਾਇਸ ਜਰਨਲਿਜ਼ਮ ਕਿੰਨਾ ਜ਼ਰੂਰੀ ਹੈ ਆਈ ਥਿੰਕ ਉਹ ਹੋਰ ਜ਼ਿਆਦਾ ਹੁਣ ਮਹਿਸੂਸ ਹੁੰਦਾ ਹਾਂਜੀ ਜਿਹੜਾ ਮੈਂ ਕਹਾਂਗਾ ਕਿ ਜਿਹੜਾ ਦਾ ਜਰਨਲਿਸਟ ਜਰਨਲਿਜ਼ਮ ਐਜ਼ ਅ ਬਿਜ਼ਨਸ ਆ ਉਹਦੇ ਲੈ ਤਾਂ ਕੰਮ ਔਖਾ ਹੋਇਆ ਹਮ ਹਾਂ ਕਿ ਕਿਉਂਕਿ ਜੇ ਤੁਸੀਂ ਵੇਖੋ ਅਸੀਂ ਬਹੁਤ ਵੀ ਵੇਖਦੇ ਹਾਂ ਕਿ YouTube ਦੇ ਉੱਤੇ ਜਿਹੜਾ ਇਨਫਲੂਐਂਸਰ ਨੇ ਉਹ ਯੂ ਨੋ ਅ ਮਿਲੀਅਨ ਡਾਲਰਸ ਕਮਾ ਰਹੇ ਨੇ ਜਾਂ ਯੂ ਨੋ Facebook ਦੇ ਉੱਤੇ ਐਡਸ ਦੇ ਉੱਤੇ ਇੰਨੇ ਕਮਾ ਰਹੇ ਨੇ ਵੇਅਰ ਇਜ਼ ਦੈਟ ਮਨੀ ਕਮਿੰਗ ਫਰੋਮ ਹਨਾ ਉਹ ਪੈਸਾ ਕਿੱਥੋਂ ਆਇਆ ਉਹ ਪੈਸਾ ਬੇਸਿਕਲੀ ਜਿਹੜੇ ਛੋਟੇ ਨਿਊਜ਼ਪੇਪਰ ਸੀਗੇ ਜਿਹੜੇ ਛੋਟੇ ਮੀਡੀਆ ਹਾਊਸਸ ਸੀਗੇ ਲੋਕਲ ਲੈਵਲ ਦੇ ਉੱਤੇ ਜਿਹੜੇ ਜਰਨਲਿਜ਼ਮ ਕਰਦੇ ਇਹ ਪੈਸਾ ਉਹਨਾਂ ਤੋਂ ਅਬਸੋਰਬ ਹੋ ਕੇ ਲਾਰਜ ਯੂ نو ਜਿਹੜੀਆਂ ਲਾਰਜ ਐਡਵਰਟਾਈਜ਼ਰਸ ਨੇ ਉਹਨਾਂ ਕੋਲ ਚਲਾ ਗਿਆ ਹੈ ਨਾ ਸੋ ਉਹਦੇ ਨਾਲ ਜਿਹੜੇ ਬਿਜ਼ਨਸ ਆ ਯੂ نو ਜਿਹੜਾ ਜਰਨਲਿਜ਼ਮ ਐਜ਼ ਅ ਬਿਜ਼ਨਸ ਆ ਉਹ ਆਪਣੇ ਆਪ ਨੂੰ ਉਹਨੂੰ ਰੀਇਨਵੈਂਟ ਕਰਨਾ ਪੈ ਰਿਹਾ ਤੇ ਜੇ ਹੁਣ ਤੁਸੀਂ ਵੇਖਿਆ ਪਹਿਲਾਂ ਜਿਹੜੀਆਂ ਵੈਬਸਾਈਟਸ ਹੁੰਦੀਆਂ ਸੀ ਨਿਊਜ਼ ਦੀਆਂ ਉਹ ਉਦਾਂ ਹੀ ਯੂ نو ਫ੍ਰੀ ਅਵੇਲੇਬਲ ਹੋ ਜਾਂਦੀਆਂ ਸੀ ਹੁਣ ਉਹਨਾਂ ਤੇ ਪੇਵਾਲਸ ਲੱਗ ਰਹੀਆਂ ਨੇ ਜੀ ਆ ਸੋ ਬਟ ਜਿਹੜਾ ਮੈਂ ਕਹੂੰਗਾ ਕਿ ਜਿਹੜਾ ਤਾਂ ਐਕਟਿਵ ਜਰਨਲਿਸਟ ਹੈਗਾ ਹੈ ਉਹਦੇ ਲਈ ਆਪਰਚੁਨਿਟੀ ਵੀ ਹੈਗੀ ਆ ਪਰ ਕੰਮ ਵੀ ਵੱਧ ਗਿਆ ਹੈਨਾ ਆਈ ਯੂਸਡ ਟੂ ਬੈਕ ਇਨ ਸਕੂਲ ਮੈਂ ਮੀਡੀਆ ਸੈਂਟਰ ਦੇ ਵਿੱਚ ਸਟੂਡੈਂਟ ਮੀਡੀਆ ਸੈਂਟਰ ਦੇ ਵਿੱਚ ਕੰਮ ਕਰਦਾ ਹੁੰਦਾ ਸੀ ਤੋਂ ਕਹਿੰਦੇ ਹੁੰਦੇ ਸੀ ਕਿ ਪਹਿਲਾਂ ਜਿਹੜੇ ਜਰਨਲਿਸਟ ਸਟੂਡੈਂਟ ਹੁੰਦੇ ਸੀ ਉਹਨਾਂ ਨੂੰ ਇਹ ਟ੍ਰੇਨ ਕੀਤਾ ਜਾਂਦਾ ਸੀ ਯੂ ਨੀਡ ਟੂ ਨਾਊ ਹਾਊ ਟੂ ਰਾਈਟ ਵੈਲ ਹੈਨਾ অর ਟੂ ਪ੍ਰੇਜ਼ੈਂਟ ਵੈਲ ਹੈਨਾ ਤੇ ਰਿਸਰਚ ਵੈਲ ਜੀ ਜਦ ਕੇ ਹੁਣ ਜਿਹੜੇ ਜਰਨਲਿਸਟ ਆ ਉਹਨਾਂ ਨੂੰ ਨਾ ਸਿਰਫ ਰੀਡ ਐਂਡ ਰਾਈਟ ਐਂਡ ਸਪੀਕ ਵੈਲ ਪਰ ਉਹਦੇ ਨਾਲ ਦੀ ਨਾਲ ਇਹ ਵੀ ਚੀਜ਼ ਦੇ ਉੱਤੇ ਫੋਕਸ ਕਰਨਾ ਪੈਂਦਾ ਹੈ ਕਿ ਹਾਂ ਤੁਹਾਨੂੰ ਸੋਸ਼ਲ ਮੀਡੀਆ ਯੂਸੇਜ ਆਉਂਦੀ ਹੈ ਕਿ ਤੁਸੀਂ ਆਪਣਾ ਮੈਸੇਜ ਜਿਹੜਾ ਦੂਰ ਤੱਕ ਪਹੁੰਚਾ ਸਕਦੇ ਹੋ ਕਿ ਨਹੀਂ ਸੋ ਉਹ ਦੇ ਹੈਵ ਟੂ ਬੀ ਮੋਰ ਟੈਕ ਸੈਵੀ ਪਰ ਉਹਦੀ ਐਡਵਾਂਟੇਜ ਇਹ ਕੀ ਹੋ ਗਈ ਹੈ ਕਿ ਪਹਿਲਾਂ ਇੱਕ ਜੜਾ ਜਰਨਲਿਸਟ ਜਿਹੜਾ ਵਧੀਆ ਕੰਮ ਕਰ ਰਿਹਾ ਸੀ ਔਨ ਦਾ ਗਰਾਉਂਡ ਉਹਦੀ ਰੀਚ ਹੋ ਸਕਦਾ ਹੈ ਕਿ ਸਿਰਫ ਆਪਣੀ ਲੋਕੈਲਿਟੀ ਦੇ ਵਿੱਚ ਹੋਵੇ ਸਿੱਧ ਕੇ ਹੁਣ ਉਹਦੀ ਜਿਹੜੀ ਹੈ ਗਲੋਬਲ ਰੀਚ ਪਹੁੰਚ ਸਕਦਾ ਜਿਵੇਂ ਇੱਕ ਐਗਜ਼ਾਮਪਲ ਮੈਂ ਤੁਹਾਨੂੰ ਦਵਾਂਗਾ ਤਾਂ ਜਿਹੜਾ ਹੁਣ ਉੱਥੇ ਮੋਰਚਾ ਪੰਜਾਬ ਦੇ ਵਿੱਚ ਹੈ ਦਿੱਲੀ ਦੇ ਵਿੱਚ ਚੱਲ ਰਿਹਾ ਔਨ ਦਾ ਐਂਡ ਬਿਕਾਜ਼ ਉਹਦੀ ਜਿਹੜੀ ਰਿਪੋਰਟਿੰਗ ਸੀਗੀ ਉਹ ਇੰਨੀ ਕੁ ਜ਼ਿਆਦਾ ਔਨ ਦੀ ਗਰਾਉਂਡ ਸੀਗੀ ਫੈਕਚੁਅਲ ਬੇਸ ਸੀਗੀ ਕਿ ਸੱਡਨਲੀ ਹੀ ਗਾਟ ਐਕਸਪੋਜ਼ਰ ਟੂ ਯੂ ਨੋ ਹਜ਼ੰਡਸ ਐਂਡ ਹੰਡਰਡਸ ਆਫ ਹਜ਼ੰਡਸ ਆਫ ਪੀਪਲ ਹੈਨਾ ਉਹ ਜਿਹੜਾ ਮੈਨੂੰ ਲੱਗਦਾ ਕਿ ਪੁਰਾਣੇ ਟਾਈਮ ਦੇ ਵਿੱਚ ਪੋਸੀਬਲ ਨਹੀਂ ਸੀ ਹੈਗਾ ਹੈਨਾ ਜਦੋਂ ਇਨਫੋਰਮੇਸ਼ਨ ਬੱਬਲ ਦੀ ਮੈਂ ਇੱਕ ਗੱਲ ਨਾਲ ਦੇ ਨਾਲ ਮੈਂ ਇੱਕ ਐਡ ਐਡ ਕਰਨੀ ਚਾਹਾਂਗਾ ਇਨਫੋਰਮੇਸ਼ਨ ਬੱਬਲ ਕੱਲੇ ਸੋਸ਼ਲ ਮੀਡੀਆ ਕ੍ਰੀਏਟ ਨਹੀਂ ਕਰਦਾ ਹਮ ਅਥਾਰਟੀਰੀਅਨ ਰਜਾਈਮਸ ਦੇ ਵਿੱਚ ਇਨਫੋਰਮੇਸ਼ਨ ਬੱਬਲ ਜਿਹੜੀ ਆ ਉਹ ਮੀਡੀਆ ਨਾਲ ਵੀ ਕ੍ਰੀਏਟ ਹੁੰਦੇ ਆ ਹੈਨਾ ਤੇ ਉਹਦੇ ਨਾਲ ਵੀ ਸੋਸ਼ਲ ਜਿਹੜੇ ਜਿਹੜੇ ਇਨਫੋਰਮੇਸ਼ਨ ਬੱਬਲਸ ਆ ਉਹ ਤੁਸੀਂ ਵੇਖਿਆ ਬਹੁਤ ਵਾਰੀ ਹੈਨਾ ਮਤਲਬ ਕ੍ਰੀਏਟ ਹੁੰਦੇ ਸੋ ਕਈ ਵਾਰੀ ਜਿਹੜਾ ਸੋਸ਼ਲ ਮੀਡੀਆ ਉਸ ਬੱਬਲ ਨੂੰ ਭੰਨਣ ਦੇ ਵਿੱਚ ਵੀ ਹੈਨਾ ਬਹੁਤ ਜ਼ਿਆਦਾ ਪੰਕਚਰ ਵੀ ਕਰਦਾ ਜੀ ਅਰਵਿੰਦਰ ਸਮਾ ਹੋਰ ਇਜਾਜ਼ਤ ਨਹੀਂ ਦਿੰਦਾ ਆਈ ਵਿਸ਼ ਵੀ ਹੈਡ ਮੋਰ ਟਾਈਮ ਬਟ ਥੈਂਕ ਯੂ ਸੋ ਮੱਚ ਤੁਸੀਂ ਵਕਤ ਕੱਢਿਆ ਤੇ ਸਾਰੇ ਡਿਸਕਸ਼ਨ ਸਾਡੇ ਨਾਲ ਅੱਜ ਇਹਦੇ ਵਿੱਚ ਯੋਗਦਾਨ ਪਾਇਆ ਥੈਂਕ ਯੂ ਵੀ ਜੀ ਥੈਂਕ ਯੂ ਫਾਰ ਹੈਵਿੰਗ ਮੀ ਔਨ ਦ ਸ਼ੋ ਥੈਂਕ ਯੂ ਜੀ